ਜੇਕਰ ਤੁਸੀਂ ਆਪਣੀ ਸੋਮਵਾਰ ਦੀ ਗਲਤੀ ਨੂੰ ਮੰਗਲਵਾਰ ਵੀ ਦਹਰਾਉਂਦੇ ਹੋ ਤਾਂ ਫਿਰ ਤੁਸੀਂ ਆਪਣੀ ਬੁੱਧਵਾਰ ਦੀ ਪਰੇਸ਼ਾਨੀ ਵਿੱਚ ਵਾਧਾ ਕਰਦੇ ਹੋ ਡੰਡੀ ਦੁੱਖ ਇਸ ਗੱਲ ਦਾ ਜ਼ਿਆਦਾ ਨਹੀਂ ਹੁੰਦਾ ਕਿ ਦਵਾਈ ਬਹੁਤ ਮਹਿੰਗੀ ਹੈ ਸਗੋ ਦੁੱਖ ਇਸ ਗੱਲ ਦਾ ਜ਼ਿਆਦਾ ਹੁੰਦਾ ਹੈ ਕਿ ਦਿੱਤੀ ਜਾਣ ਵਾਲੀ ਦਵਾਈ ਹੀ ਗਲਤ ਸੀ ਕਈ ਵਾਰ ਸਮੱਸਿਆ ਹੀ ਦੱਸਦੀ ਹੈ ਕਿ ਅਸੀਂ ਕਿੱਥੇ ਗਲਤ ਸੀ ਡੰਡ ਜਵਾਬ ਉਸੇ ਤਰ੍ਹਾਂ ਦੇ ਮਿਲਦੇ ਹਨ ਜਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ ਅਸੀਂ ਕੀ ਦੇਖਦੇ ਹਾਂ ਇਹ ਸਾਡੀ ਦ੍ਰਿਸ਼ਟੀ ਦਾ ਕੰਮ ਹੈ ਅਸੀਂ ਚੀਜ਼ਾਂ ਨੂੰ ਕਿਵੇਂ ਵੇਖਦੇ ਹਾਂ ਇਹ ਸਾਡੇ ਦ੍ਰਿਸ਼ਟੀਕੋਣ ਤੇ ਨਿਰਭਰ ਕਰਦਾ ਹੈ ਜਿੰਦਗੀ ਇੱਕ ਜ਼ਰੀਆ ਹੈ ਕੁਝ ਕੀਤੇ ਜਾਣ ਦਾ ਜ਼ਿੰਦਗੀ ਇੱਕ ਮੌਕਾ ਹੈ ਕਿਸੇ ਮਨੋਰਥ ਨੂੰ ਪ੍ਰਾਪਤ ਕਰਨ ਦਾ ਜ਼ਿੰਦਗੀ ਇਕ ਸਮਾਂ ਹੈ ਨਵੀਆਂ ਸੰਭਾਵਨਾਵਾਂ ਨੂੰ ਖੋਜਣ ਦਾ ਬਦਲੇ ਬਾਰੇ ਸੋਚਣਾ ਤੰਗ ਨਜ਼ਰੀਏ ਦਾ ਕਮ ਹੈ ਬਦਲ ਨੂੰ ਬਾਰੇ ਸੋਚਣਾ ਉਸਾਰੂ ਸੋਚ ਦਾ ਕਮ ਹੈ ਜੇਕਰ ਅਸੀਂ ਨਹੀਂ ਬਦਲਦੇ ਤਾਂ ਇਸ ਦਾ ਮਤਲਬ ਅਸੀਂ ਕੁਝ ਵੀ ਸਿੱਖ ਨਹੀਂ ਰਹੇ ਬਲਕਿ ਜੋ ਸਾਡੇ ਕੋਲ ਹੈ ਅਸੀਂ ਉਸ ਨੂੰ ਦੁਹਰਾ ਰਹੇ ਹਾਂ ਕੋਈ ਕਮ ਕੀਤੇ ਬਗੈ ਪ੍ਰਸੰਸਾ ਦੀ ਆਸ ਰੱਖਣੀ ਤੁਹਾਨੂੰ ਨਿਰਾਸ਼ ਕਰਦੀ ਹੈ ਬਿਨਾਂ ਕਿਸੇ ਯੋਗਦਾਨ ਤੋਂ ਮਿਲੀ ਪ੍ਰਸੰਸਾ ਨੂੰ ਪ੍ਰਸੰਸਾ ਨਹੀਂ ਬਲਕਿ ਚਾਪ ਲੂਸੀ ਹੀ ਕਿਹਾ ਜਾਵੇਗਾ ਆਪਣੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਦੋਸਤਾਂ ਤੋਂ ਵੱਧ ਅਮੀਰ ਬੜਨ ਦੀ ਪਚਾਈ ਵੱਧ ਬਿਹਤਰ ਬੜਨ ਦੀ ਕੋਸ਼ਿਸ਼ ਕਰਨਾ ਜ਼ਿਆਦਾ ਬਿਹਤਰ ਹੈ ਜੇਕਰ ਕਿਸੇ ਗਰੀਬ ਨੂੰ ਤੁਹਾਡੀ ਅਮੀਰੀ ਤੋਂ ਸ਼ਰਮਿੰਦਾ ਹੋਣਾ ਪੈ ਰਿਹਾ ਹੈ ਜਾਂ ਫਿਰ ਉਸ ਵਿੱਚ ਹੀਨ ਭਾਵਨਾ ਪੈਦਾ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਅਮੀਰੀ ਦਾ ਵਿਖਾਵਾ ਕਰ ਰਹੇ ਹੋ ਜੇਕਰ ਕੋਈ ਤੁਹਾਡੇ ਤੋਂ ਪ੍ਰੇਰਨਾ ਲੈ ਰਿਹਾ ਹੈ ਤਾਂ ਇਸ ਦਾ ਮਤਲਬ ਤੁਸੀਂ ਸਹੀ ਦਿਸ਼ਾ ਵੱਲ ਅੱਗੇ ਵਧ ਰਹੇ ਹੋ ਜੇਕਰ ਤੁਹਾਡੀ ਸਮੱਸਿਆ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਤਾਂ ਫਿਰ ਤੁਹਾਡੇ ਦਸਨ ਨਾਲ ਵੀ ਉਹਨਾਂ ਨੂੰ ਸਮਝ ਨਹੀਂ ਆਵੇਗੀ ਇੱਕ ਉਹ ਹੁੰਦੇ ਹਨ ਜਿਹੜੇ ਤਹਾਨੂੰ ਕਿਸੇ ਸਮੱਸਿਆ ਵਿੱਚ ਵੇਖ ਨਹੀਂ ਸਕਦੇ ਅਤੇ ਦੂਜੇ ਉਹ ਹੁੰਦੇ ਹਨ ਜਿਹੜੇ ਤੁਹਾਡੀ ਸਮੱਸਿਆ ਨੂੰ ਵੇਖਣਾ ਵੀ ਨਹੀਂ ਚਾਹੁੰਦੇ ਪੁਰਾਣਾ ਤਜਰਬਾ ਸਾਨੂੰ ਨਵੀਆਂ ਗਲਤੀਆਂ ਕਰਨ ਤੋਂ ਰੋਕਦਾ ਹੈ ਇੱਕ ਜੇਤੂ ਵਿਅਕਤੀ ਆਪਣੀ ਹਰ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੁੰਦਾ ਬਲਕਿ ਕਈ ਵਾਰ ਤਾਂ ਉਹ ਸਾਡੇ ਤੋਂ ਵੀ ਵੱਧ ਵਾਰ ਅਸਫਲ ਹੁੰਦਾ ਹੈ ਪਰ ਅਸਫਲਤਾ ਪਰ باوجود ਵੀ ਉਹ ਇੱਕ ਵਿਸ਼ਵਾਸ ਨਾਲ ਆਪਣੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ ਵੱਡੇ ਤੋਂ ਵੱਡੇ ਗੇਂਦਬਾਜ਼ ਦੀ ਵੀ ਹਰ ਵਾਰ ਹਰ ਵਾਰ ਵਿਕਟ ਨਹੀਂ ਲੈਂਦੀ ਸਟਾਪ